ਜੋ ਬੋਡੀ ਦੇ ਵਰਕ ਹਨ ਜਿਹੜੇ ਦੱਸੇ ਸੀਗੇ ਕਿ ਬੋਡੀ ਦੇ ਵਿੱਚ ਦੇਖਣਾ ਹੈ, ਸੁਣਨਾ ਹੈ, ਸੁੰਘਣਾ ਹੈ, ਚੱਕਣਾ ਹੈ ਅਤੇ ਛੂਹਣਾ ਹੈ। ਇਸ ਗੱਲ ਨੂੰ ਲੈ ਕੇ ਕਈ ਲੋਕ ਕਈ ਵਾਰ ਜਿਹੜੇ ਵਿਵਾਦੀ ਲੋਕ ਜਿਹਨਾਂ ਨੂੰ ਵਾਕ ਦੀ ਬਹਿਸ ਕਰਨ ਦਾ ਉਹਨਾਂ ਦੇ ਵਿੱਚ ਮਾਦਾ ਹੈ, ਇਹੋ ਜਿਹੇ ਲੋਕ ਆ ਜਿਹੜੇ ਸਮਝਣ ਦੀ ਨਹੀਂ ਕੋਸ਼ਿਸ਼ ਕਰਦੇ ਬਲਕਿ ਹਰ ਗੱਲ ਦੇ ਉੱਤੇ ਉਹਨਾਂ ਨੂੰ ਸਵਾਲ ਕਰਨ ਦੀ ਆਦਤ ਬਣ ਜਾਂਦੀ ਹੈ। ਉਹ ਸੰਤ ਪੌਲੁਸ ਨੇ ਇਹਦੇ ਬਾਰੇ ਕਿਹਾ ਕਿ ਤੁਸੀਂ ਇਹੋ ਜਿਹੇ ਲੋਕਾਂ ਦੇ ਕੋਲੋਂ ਪਰੇ ਰਹੋ ਕਿਉਂਕਿ ਇਹਨਾਂ ਨੂੰ ਸ਼ਬਦਾਂ ਦੀ ਬਿਮਾਰੀ ਲੱਗ ਗਈ ਹੈ। ਠੀਕ ਹੈ, ਸ਼ਬਦਾਂ ਦੀ ਬਿਮਾਰੀ ਲੱਗ ਚੁੱਕੀ ਆ, ਇਹਨਾਂ ਨੂੰ ਆਦਤ ਬਣ ਚੁੱਕੀ ਆ ਕਿ ਇਹ ਪ੍ਰਭੂ ਦੇ ਕੰਮ ਨੂੰ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਗਾੜਨ। ਸੋ ਪਰਮੇਸ਼ੁਰ ਦਾ ਕਲਾਮ ਸਾਨੂੰ ਸਿਖਾਉਂਦਾ ਹੈ, ਸਮਝਾਉਂਦਾ ਹੈ ਔਰ ਦੱਸਦਾ ਹੈ ਕਿ ਸਾਨੂੰ ਕਿਸ ਤਰ੍ਹਾਂ ਚੱਲਣਾ ਹੈ। ਜਦੋਂ ਅਸੀਂ ਗੱਲ ਕਰਦੇ ਹਾਂ ਕਿ ਜਿਹੜਾ ਸਰੀਰ ਹੈ ਇਹਦੇ ਵਿੱਚ, ਇਸ ਬੋਡੀ ਦੇ ਵਿੱਚ ਖੁਦਾ ਨੇ ਪੰਜ ਚੀਜ਼ਾਂ ਰੱਖੀਆਂ ਅਤੇ ਕਈ ਫਿਰ ਇਸ ਉੱਤੇ ਕਈ ਤਰ੍ਹਾਂ ਦੀਆਂ ਗੱਲਾਂ ਖੜੀਆਂ ਕਰ ਦਿੰਦੇ ਕਿ ਪੰਜ ਥੋੜੀ ਹੈ ਜੀ, ਇਹਦੇ ਅੰਦਰ ਤੇ ਜਿਗਰ ਵੀ ਰੱਖਿਆ ਆ, ਇਹਦੇ ਅੰਦਰ ਤੇ ਦਿਲ ਵੀ ਰੱਖਿਆ, ਇਹਦੇ ਅੰਦਰ ਤੇ ਕਿਡਨੀਆਂ ਵੀ ਰੱਖੀਆਂ ਨੇ, ਇਹਦੇ ਅੰਦਰ ਤੇ ਕਈ ਨਾਸਾਂ ਰੱਖੀਆਂ ਨੇ, ਇਹਦੇ ਵਿੱਚ ਤੇ ਕਈ ਕੁਛ ਰੱਖਿਆ ਹੋਰ ਵੀ। ਤੁਸੀਂ ਕਿਵੇਂ ਕਹਿੰਦੇ ਹੋ ਜੀ ਵੀ ਖੁਦਾ ਨੇ ਬੋਡੀ ਦੇ ਵਿੱਚ ਸਿਰਫ ਔਰ ਸਿਰਫ ਇਹ ਪੰਜ ਚੀਜ਼ਾਂ ਰੱਖੀਆਂ? ਇਹ ਪੰਜ ਚੀਜ਼ਾਂ ਦਾ ਮਤਲਬ ਇਹ ਬੋਡੀ ਦੇ ਵਿੱਚ ਮੇਨ ਜਿਹੜਾ ਵਰਕ ਹੈ, ਜਿਹੜੀਆਂ ਬੋਡੀ ਦੇ ਵਿੱਚ ਅਸੀਂ ਪਾਈਆਂ ਜਾਂਦੀਆਂ, ਕੰਨਾਂ ਦੇ ਨਾਲ ਸੁਣਿਆ ਜਾਂਦਾ ਹੈ, ਕੋਈ ਗੱਲ ਸੁਣਦੇ ਹਾਂ ਤੇ ਸਾਨੂੰ ਉਹਦੀ ਫੀਲਿੰਗ ਦਾ ਪਤਾ ਲੱਗਦਾ ਹੈ। ਸਪੋਜ ਕਰੋ ਕਿ ਨਾਲ ਦੇ ਰੂਮ ਦੇ ਵਿੱਚ ਅੱਗ ਲੱਗ ਜਾਵੇ ਤੇ ਕੋਈ ਆ ਕੇ ਸਾਨੂੰ ਕਵੇ ਵੀ ਅੱਗ ਲੱਗ ਗਈ ਹੈ, ਜੇ ਅਸੀਂ ਸੁਣ ਸਕਦੇ ਹਾਂ ਤੇ ਫਿਰ ਸਾਨੂੰ ਪਤਾ ਲੱਗ ਜਾਊਗਾ ਤੇ ਅਸੀਂ ਫਟਾਫਟ ਭੱਜਣ ਦੀ ਤਿਆਰੀ ਕਰਾਂਗੇ। ਤੇ ਜੇ ਹੁਣ ਸਾਡੇ ਕੋਲ ਕੰਨ ਹੀ ਨਹੀਂ ਹੈ ਤੇ ਉਹ ਜਿੰਨੀ ਮਰਜ਼ੀ ਉੱਚੀ ਆ ਕੇ ਗਈ ਜਾਵੇ, ਭੱਜ ਲਓ ਨਾਲ ਦੇ ਕਮਰੇ 'ਚ ਅੱਗ ਲੱਗ ਗਈ, ਮੇਰਾ ਖਿਆਲ ਵੀ ਸਾਨੂੰ ਪਤਾ ਨਹੀਂ ਲੱਗਣਾ ਵੀ ਕੀ ਹੋਇਆ। ਜਾਂ ਤੇ ਸਾਨੂੰ ਕੋਈ ਇਸ਼ਾਰੇ ਨਾਲ ਸਮਝਾਵੇ, ਜਾਂ ਉਹ ਸਾਨੂੰ ਕੋਈ ਲਿਖ ਕੇ ਦੱਸੇ, ਜਾਂ ਕੋਈ ਇੱਦਾਂ ਦੀ ਗੱਲ ਜਿਹਨੂੰ ਅਸੀਂ ਫੀਲ ਕਰ ਸਕੀਏ, ਮਹਿਸੂਸ ਕਰ ਸਕੀਏ ਕਿ ਸਾਨੂੰ ਕਹਿਣਾ ਕੀ ਚਾਹੁੰਦਾ ਹੈ। ਇਹਦਾ ਮਤਲਬ ਉਹ ਸੁਣਾ ਦੇ ਰਿਹਾ, ਉਹਦੇ ਮੂੰਹ ਚੋਂ ਆਵਾਜ਼ ਨਿਕਲ ਰਹੀ ਆ, ਪਰ ਸਾਡੇ ਕੰਨਾਂ ਦੇ ਵਿੱਚ ਉਹ ਆਵਾਜ਼ ਜਿਹੜੀ ਆ ਉਹ ਆ ਹੀ ਨਹੀਂ ਰਹੀ ਕਿਉਂਕਿ ਅਸੀਂ ਸੁਣਦੇ ਨਹੀਂ। ਜਦੋਂ ਅਸੀਂ ਸੁਣਦੇ ਨਹੀਂ ਆ ਤੇ ਉਹ ਫਿਰ ਸਾਡਾ ਜਿਹੜਾ ਕੰਨ ਆ ਕਿਉਂਕਿ ਸੁਣਨ ਦੀ ਉਹ 'ਚ ਸ਼ਕਤੀ ਨਹੀਂ ਹੈ, ਤੇ ਫਿਰ ਅਸੀਂ ਅਗਲੇ ਬੰਦੇ ਦੇ ਦੱਸੇ ਅਨੁਸਾਰ ਕੰਮ ਨਹੀਂ ਕਰਾਂਗੇ। ਉਹ ਸਾਨੂੰ ਸਾਡੀ ਜਾਨ ਨੂੰ ਬਚਾਉਣਾ ਚਾਹੁੰਦਾ ਹੈ ਵੀ ਅੱਗ ਲੱਗ ਗਈ ਹੈ ਤੇ ਭੱਜ ਲਓ, ਪਰ ਕਿਉਂਕਿ ਸਾਡੇ ਕੰਨ ਬੋਲੇ ਆ ਅਸੀਂ ਸੁਣ ਨਹੀਂ ਸਕਦੇ, ਇਸ ਕਰਕੇ ਅਸੀਂ ਉਹਦੀ ਗੱਲ ਨੂੰ ਅੰਡਰਸਟੈਂਡ ਨਹੀਂ ਕਰ ਸਕਦੇ, ਸਮਝ ਨਹੀਂ ਸਕਦੇ। ਯਿਸੂ ਮਸੀਹ ਨੇ ਇਸੇ ਕਰਕੇ ਕਿਹਾ, ਕਹਿੰਦਾ ਵੀ ਤੁਹਾਡੇ ਕੋਲ ਕੰਨ ਤੇ ਹਨ ਪਰ ਤੁਸੀਂ ਸੁਣਦੇ ਨਹੀਂ ਹੋ, ਤੁਹਾਡੇ ਕੋਲ ਅੱਖਾਂ ਤੇ ਹਨ ਪਰ ਤੁਸੀਂ ਦੇਖਦੇ ਨਹੀਂ ਹੋ, ਤੁਹਾਡੇ ਕੋਲ ਦਿਲ ਵੀ ਹੈ ਪਰ ਇਹ ਪੱਥਰ ਹੋ ਚੁੱਕਾ ਹੈ। ਇਸ ਲਈ ਉਹਨੇ ਕਿਹਾ ਹਜ਼ਕੀਏਲ ਦੀ ਕਿਤਾਬ ਦੇ ਵਿੱਚ, ਮੈਂ ਉਹਨਾਂ ਦੇ ਅੰਦਰ ਆਪਣਾ ਆਤਮਾ ਪਾਵਾਂਗਾ ਤੇ ਮੈਂ ਉਹਨਾਂ ਦੇ ਅੰਦਰੋਂ ਪੱਥਰ ਦਾ ਦਿਲ ਕੱਢਾਂਗਾ ਤੇ ਉਹਦੇ ਵਿੱਚ ਮਾਸ ਦਾ ਦਿਲ ਰੱਖਾਂਗਾ। ਇਹਦਾ ਮਤਲਬ ਖੁਦਾ ਨੂੰ ਸਾਰਾ ਕੁਛ ਹੀ ਪਤਾ ਆ,